ਕਿਸਾਨ ਜਥੇਬੰਦੀਆਂ ਵੱਲੋਂ ਅੱਜ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਐਸਕੇਐਮ ਤੇ ਬਲਬੀਰ ਸਿੰਘ ਰਾਜੇਵਾਲ ਵੱਲੋਂ ਖਾਸ ਤੌਰ ਦੇ ਉੱਪਰ ਕਿਹਾ ਗਿਆ ਕਿ ਭਾਜਪਾ ਦੇ ਜਿਹੜੇ ਆਗੂ ਨੇ ਉਹ ਪਿੰਡਾਂ ਦੇ ਵਿੱਚ ਆਉਂਦੇ ਨੇ ਉਹਨਾਂ ਦਾ ਵਿਰੋਧ ਕੀਤਾ ਜਾਵੇ ਔਰ ਉਹਨਾਂ ਕੋਲੋਂ ਸਵਾਲ ਪੁੱਛੇ ਜਾਣ ਉਹ ਸਵਾਲ ਕਿਹੜੇ ਨੇ ਕਦੋਂ ਇਹ ਸੱਤਾ ਜਿਹੜੀ ਚ ਆਉਣ ਤੋਂ ਪਹਿਲਾਂ ਹੀ ਤਾਕਤ ਘਟਾਈ ਜਾ ਰਹੀ ਹੈ ਬਲਬੀਰ ਸਿੰਘ ਰਾਜੇਵਾਲ ਸੜਨਾਲੇ ਰਾਜੇਵਾਲ ਸਾਹਿਬ ਸਵਾਲ ਕਿਹੜੇ ਨੇ ਉਹ ਖਾਸ ਤੌਰ ਦੇ ਉੱਪਰ ਜਦੋਂ ਪਿੰਡਾਂ ਦੇ ਹੋਂ ਤੇ ਲੋਕਾਂ ਤੋਂ ਪੁੱਛੇ ਜਾਣੇ ਆ ਭਾਜਪਾ ਦੇ ਦੇਖੋ ਅੱਜ ਸਾਡੀ ਮੀਟਿੰਗ ਸੀ ਪੰਜ ਮੈਂਬਰੀ ਕਮੇਟੀ ਦੀ ਜਿਹੜੀ ਐਸਕੇਐ ਔਰ ਸਵਾਲਾਂ ਤੋਂ ਪਹਿਲਾਂ ਮੈਂ ਪੰਜਾਬ ਦੇ ਲੋਕਾਂ ਨੂੰ ਵੀ ਅਪੀਲ ਕਰਾਂਗਾ ਹਰਿਆਣੇ ਦੇ ਲੋਕਾਂ ਨੂੰ ਵੀ ਅਪੀਲ ਕਰਾਂਗਾ ਕਿ ਭਾਜਪੀ ਦੀ ਇੱਕ ਕੋਸ਼ਿਸ਼ ਹੈ ਕਿ ਕਨਫਰੋਨਟੇਸ਼ਨ ਹੋਏ ਵਾਇਲੈਂਸ ਦੇ ਚ ਆ ਜਾਏ ਉਹਨੂੰ ਫਿਰ ਉਹ ਪੋਲਰਾਈਜੇਸ਼ਨ ਵਾਸਤੇ ਵੋਟ ਤੇ ਇਹਨੂੰ ਕੈਸ਼ ਕਰ ਲੈਣ ਇਸ ਗੱਲ ਦਾ ਖਾਸ ਸੇਖਿਆ ਰੱਖਿਆ ਜਾਏ ਸਵਾਲ ਜ਼ਰੂਰ ਕਰਨੇ ਨੇ ਉਹਨਾਂ ਨੂੰ ਬਖਸ਼ਣਾ ਨਹੀਂ ਵੋਟ ਵੀ ਉਹਨਾਂ ਨੂੰ ਨਹੀਂ ਪਾਉਣੀ ਕਿਸੇ ਕੀਮਤ ਤੇ ਨਹੀਂ ਪਾਉਣੀ ਕਿਸੇ ਵੀ ਜਿਹੜਾ ਵਿਨਿੰਗ ਕੈਂਡੀਡੇਟ ਹੈ ਉਹਨੂੰ ਵੋਟ ਪਾ ਦੇਣੀ ਵਾਲਪਨ ਨਹੀਂ ਪਾਉਣੀ ਪਰ ਸਵਾਲ ਕਰਨ ਵੇਲੇ ਆਪਣੇ ਆਪ ਤੇ ਇੱਕ ਸੈਲਫ ਡਿਸਪਲਿਨ ਲਾਗੂ ਕਰਨਾ ਤੁਹਾਡੇ ਤੇ ਇੱਕ ਜ਼ਿੰਮੇਵਾਰੀ ਹੈ ਕਿਸਾਨ ਅੰਦੋਲਨ ਦੀ ਵੀ ਤੁਸੀਂ ਪੀਸਫੁਲ ਰਹਿਣਾ ਤੁਸੀਂ ਕਿਸੇ ਕੀਮਤ ਭਾਵਕ ਨਹੀਂ ਹੋਣਾ ਗਰਮ ਨਹੀਂ ਹੋਣਾ ਦੂਸਰੀ ਗੱਲ ਸਵਾਲ ਜਿਹੜੇ ਨੇ ਉਹ ਬੜੇ ਸਪਸ਼ਟ ਨੇ ਹਰ ਪਿੰਡ ਦੇ ਬਾਹਰ ਪਿੰਡ ਦੀ ਐਂਟਰੀ ਪੁਆਇੰਟ ਤੇ ਫਲੈਕਸਾਂ ਲੱਗ ਜਾਣੀਆਂ ਚਾਹੀਦੀਆਂ ਨੇ ਪਾਜਪਾ ਦੇ ਉੱਤੇ ਜੋ ਸਵਾਲ ਕਰਨੇ ਨੇ ਉਹਦੇ ਚ ਪਹਿਲਾ ਸਵਾਲ ਹੈ ਅੰਦੋਲਨ ਸਮੇ ਕਿਸਾਨਾਂ ਸਾਹਮਣੇ ਕਿਲ ਕਿਉਂ ਗੱਡੇ ਗਏ ਬੈਰੀਕੇਡ ਕਿਉਂ ਲਾਏ ਗਏ ਅਤਰੂ ਗੈਸ ਕਿਉਂ ਛੱਡੀ ਗਈ ਗੋਲੀਆਂ ਕਿਉਂ ਚਲਾਈਆਂ ਗਈਆਂ ਕੀ ਅਸੀਂ ਵਿਦੇਸ਼ੀ ਹਾਂ ਕਿਸਾਨਾਂ ਨੂੰ ਦਿੱਲੀ ਕਿਉਂ ਨਹੀਂ ਜਾਣ ਦਿੱਤਾ ਗਿਆ ਦੂਜਾ ਸਵਾਲ ਹੈ ਨੌਜਵਾਨ ਕਿਸਾਨ ਸ਼ੁਭ ਕਰਨ ਨੂੰ ਗੋਲੀ ਮਾਰ ਕੇ ਸ਼ਹੀਦ ਕਿਉਂ ਕੀਤਾ ਗਿਆ ਕਿਸਾਨਾਂ ਦੇ ਟਰੈਕਟਰ ਕਿਉਂ ਪੰਨੇ 400 ਕਿਸਾਨ ਕਿਉਂ ਫਟੜ ਕੀਤੇ ਤੀਜਾ ਸਵਾਲ ਹੈ ਐਮਐਸਪੀ ਦੀ ਕਾਨੂੰਨੀ ਗਰੰਟੀ ਦਾ ਵਾਅਦਾ ਕਰਕੇ ਕਿਉਂ ਮੁਕਰੇ ਸਵਾਮੀਨਾਥਨ ਰਿਪੋਰਟ ਕਿਉਂ ਲਾਗੂ ਨਹੀਂ ਕੀਤੀ C2+50% ਫਾਰਮੂਲਾ ਲਾਗੂ ਕਰਨ ਵਿੱਚ ਕੀ ਮੁਸ਼ਕਲ ਹੈ ਨੰਬਰ ਚੌਥਾ ਲਕੀਮਪੁਰ ਖੀਰੀ ਦੇ ਕਤਲਾਂ ਵਿੱਚ ਇਨਸਾਫ ਲਈ ਰੋੜੇ ਕਿਉਂ ਅਟਕਾਏ ਗਏ ਅਜੀਮ ਮਿਸ਼ਰਾ ਟੈਨੀ ਨੂੰ ਸਰਕਾਰੀ ਪਨਾਹ ਦੇਣ ਲਈ ਮੰਤਰੀ ਮੰਡਲ ਵਿੱਚ ਕਿਉਂ ਰੱਖਿਆ ਗਿਆ ਨੰਬਰ 5 ਹੈ ਦਿੱਲੀ ਅੰਦੋਲਨ ਸਮੇਂ ਕਿਸਾਨਾਂ ਉੱਤੇ ਦਰਜ ਕੀਤੇ ਸਾਰੇ ਕੇਸ ਵਾਪਸ ਕਿਉਂ ਨਹੀਂ ਲਏ ਨੰਬਰ 6 ਹੈ ਕਾਰਪੋਰੇਟਾਂ ਦਾ ਕਰਜ਼ਾ ਮਾਫ ਕਰਨ ਵਿੱਚ ਜੇ ਦਿੱਕਤ ਨਹੀਂ ਤਾਂ ਕਿਸਾਨਾਂ ਦਾ ਕਿਸਾਨ ਕਿਸਾਨਾਂ ਦੀ ਕਰਜ਼ਾ ਮੁਕਤੀ ਵਿੱਚ ਕੀ ਮੁਸ਼ਕਲ ਹੈ ਨੰਬਰ 7 ਹੈ ਬਿਜਲੀ ਸੋਧ ਬਿੱਲ 2020 ਵਾਅਦਾ ਖਿਲਾਫੀ ਕਰਕੇ ਪਾਰਲੀਮੈਂਟ ਵਿੱਚ ਕਿਉਂ ਪੇਸ਼ ਕੀਤਾ ਨੰਬਰ 8 ਹੈ ਪ੍ਰਦੂਸ਼ਣ ਵਾਲੇ ਕਾਨੂੰਨ ਵਿੱਚੋਂ ਖੇਤੀ ਖੇਤਰ ਬਾਹਰ ਕਿਉਂ ਨਹੀਂ ਕੱਢਿਆ ਨੰਬਰ 9 ਹੈ ਚੋਣ ਬੰਡਾਂ ਦੇ ਭ੍ਰਿਸ਼ਟਾਚਾਰ ਰਾਂਹੀਂ ਦੇਸ਼ ਨੂੰ ਕਾਰਪੋਰੇਟ ਘਰਾਣਿਆਂ ਕੋਲ ਕਿਉਂ ਵੇਚਿਆ ਗਿਆ ਨੰਬਰ 10 ਹੈ ਪਾਕੜਾ ਤੇ ਪੌਂਗ ਡੈਮਾਂ ਉਤੇ ਡੈਮ ਸ਼ਿਫਟੀ ਐਕਟ ਬਣਾ ਕੇ ਪੰਜਾਬ ਤੋਂ ਕਿਉਂ ਖੋਏ ਗਏ 11ਵਾਂ ਹੈ ਸਾਈਲੋਸ ਦੇ ਬਹਾਨੇ ਪੰਜਾਬ ਦੀਆਂ ਮੰਡੀਆਂ ਕਿਉਂ ਤੋੜ ਰਹੀ ਹੋਏ 11 ਸਵਾਲ ਨੇ ਜਿਹੜੇ ਅਸੀਂ ਉਹਨਾਂ ਤੇ ਕਰਾਂਗੇ ਰਜਨ ਸਿੰਘ ਸਾਹਿਬ ਅਜੇ ਕਰ ਗੱਲ ਕਰੀ ਤਾਂ ਲਗਭਗ ਇਹੀ ਸਵਾਲ ਜਿਹੜੇ ਨੇ ਜੋ ਸ਼ੰਭੂ ਔਰ ਖਨੋਰੀ ਬਾਡਰ ਤੇ ਤਰਨਾ ਲੱਗਾ ਉਹਨਾਂ ਦੀਆਂ ਮੰਗਾ ਸੇਵ ਨੇ ਤਾਂ ਫਿਰ ਕਿਸਾਨ ਜਿਹੜੇ ਨੇ ਇੱਕ ਜੁੱਟ ਕਿਉਂ ਨਹੀਂ ਹੁੰਦੇ ਇੱਕ ਮੁਟ ਕਿਉਂ ਨਹੀਂ ਹੁੰਦੇ ਕਿਉਂਕਿ ਲਗਾਤਾਰ ਫਿਰ ਚਾਹੇ ਉਹ ਪੋਲਿਟੀਕਲ ਵੈਂਡਾਟਾ ਦੇ ਨਾਲ ਕੀਤਾ ਜਾਂਦਾ ਹੋਵੇ ਜਾਂ ਫਿਰ ਹੋਰ ਲੋਕ ਨੇ ਉਹ ਤੰਝ ਕੱਸਦੇ ਨੇ ਵੀ ਕਿਸਾਨ ਖੋ ਦੇਖਣੀ ਹੈਗੇ ਆਪਣੀਆਂ ਮੰਗਾ ਕਿਦਾਂ ਬਣਾਉਣਗੇ ਤਾਂ ਤੁਹਾਡਾ ਕੀ ਜਵਾਬ ਹੈ ਇਹਦਾ ਨਹੀਂ ਇਸ ਤਰ੍ਹਾਂ ਦੀ ਗੱਲ ਨਾ ਕਰੋ ਵੀ ਕਿਸਾਨ ਇੱਕ ਨਹੀਂ ਕਿਸਾਨ ਇੱਕ ਨੇ ਅਸੀਂ ਆ ਜਿਹੜਾ ਸਵਾਲ ਨੰਬਰ 2 ਹੈ ਇਹ ਸਾਰਾ ਉਸੇ ਨਾਲ ਸੰਬੰਧਿਤ ਹੈ ਸਾਡੀ ਕਿਸਾਨਾਂ ਨਾਲ ਕੋਈ ਰੌਲਾ ਨਹੀਂ ਤੇ ਅਸੀਂ ਆਪੋ ਵਿੱਚ ਹੀ ਜੋ ਮਰਜ਼ੀ ਹੋਇਆ ਅੱਜ ਨਹੀਂ ਤਾਂ ਕੱਲ ਫੇਰ ਇਕੱਠੇ ਹੋਵਾਂਗੇ ਅਲਟੀਮੇਟਲੀ ਇਕੱਠੇ ਹੋਣਾ ਪੈਣਾ ਪਰ ਇਹਦਾ ਮਤਲਬ ਇਹ ਇਹਨੂੰ ਇਸ ਤਰ੍ਹਾਂ ਪੇਸ਼ ਨਾ ਕਰੋ ਵੀ ਸਾਡੀ ਜਿਵੇਂ ਕੋਈ ਲਕੀਰ ਖਿੱਚੀ ਹੋਈ ਹੈ ਨਹੀਂ ਜਗਨ ਸਿੰਘ ਸਾਹਿਬ ਅਸੀਂ ਪੇਸ਼ ਨਹੀਂ ਕਿਉਂਕਿ ਅਭੀਤੇ ਦਿਨੀ ਇੰਟਰਵਿਊ ਦੇ ਵਿੱਚ ਖਰਜੀਤ ਗਿਰਵਾਲ ਦਾ ਕਹਿਣਾ ਹੈ ਵੀ ਜਿਹੜੇ ਬਾਟਰਾ ਦੇ ਉੱਪਰ ਬੈਠੇ ਨੇ ਉਹ ਕਿਸਾਨ ਨਹੀਂਗੇ ਬੀਜੇਪੀ ਵਾਲਿਆਂ ਦੀ ਤਾਂ ਗੱਲ ਹੀ ਨਾ ਕਰੋ ਇਹਨਾਂ ਦਾ ਕੀ ਹੈ ਇਹ ਤਾਂ ਵਿਲਨ ਨੇ ਸਾਡੇ ਵਾਸਤੇ ਇਹਨਾਂ ਨੇ ਤਾਂ ਜਿੰਨਾ ਮਾੜਾ ਇਸ ਸਦੀ ਵਿੱਚ ਜੇ ਕਿਸੇ ਨੇ ਕਿਸੇ ਪੋਲੀਟੀਕਲ ਲੀਡਰਸ਼ਿਪ ਨੇ ਮਾੜਾ ਵਿਹਾਰ ਕਿਸਾਨਾਂ ਨਾਲ ਕੀਤਾ ਉਹ ਸਭ ਤੋਂ ਮਾੜੀ ਤਾਂ ਬੀਜੇਪੀ ਹੈ ਉਹਨਾਂ ਦੀ ਤਾਂ ਗੱਲ ਹੀ ਨਾ ਕਰੋ ਨਹੀਂ ਉਹਨਾਂ ਨੇ ਮਤਲਬ ਇਹ ਕੁਝ ਵੀ ਕਹਿਣਗੇ ਉਹਨਾਂ ਨੂੰ ਛੱਡੋ ਤੁਸੀਂ ਨੇ ਗੱਲ ਇਹ ਕੀਤੀ ਹੈ ਵੀ ਜਿਹੜੇ ਬਾਟਰਾ ਤੇ ਬੈਠੇ ਨੇ ਮੈਂ ਸਾਡੀ ਦਿੱਲੀ ਅੰਦੋਲਨ ਵੇਲੇ ਵੀ ਵਿਰੋਧ ਕਰਦੇ ਸੀ ਕਿਉਂ ਵਾਰ-ਵਾਰ ਉਹਦਾ ਨਾਮ ਲੈਂਦੇ ਆਈ ਡੋਨਟ ਲਾਈਕ ਹਿਮ ਬਿਲਕੁਲ ਅੰਜਵਲ ਸਾਹਿਬ ਪਰ ਗੱਲ ਜਿਹੜਾ ਮੁੱਦਾ ਇਹ ਆ ਵੀ ਉਹਨਾਂ ਨੇ ਕਿਹਾ ਜਿਹੜੇ ਕਿਸਾਨ ਬਾਰਡਰਾਂ ਤੇ ਬੈਠੇ ਉਹ ਕਿਸਾਨ ਨਹੀਂ ਹੈਗੇ ਉਹ ਤਾਂ ਮਤਲਬ ਉਹ ਕਿਸਾਨ ਹੈ ਜਿਹੜਾ ਕਿਸਾਨਾਂ ਦੀ ਪਿੱਠੇ ਛੁਰਾ ਮਾਰਦਾ ਔਰ ਕਿਸਾਨਾਂ ਦੇ ਘਰ ਜੰਮ ਕੇ ਕਲੰਕ ਲਾਉਂਦਾ ਕਿਸਾਨੀ ਨੂੰ ਉਹ ਕਿਸਾਨ ਹੈ ਤਾਂ ਹੁਣ ਜੇਕਰ ਗੱਲ ਕਰੀ ਤਾਂ ਅਗਲੇ ਤੁਹਾਡੇ ਐਲਾਨ ਜੇਕਰ ਜਿਹੜੀਆਂ ਇਹ ਮੰਗਾਂ ਨੇ ਤੁਹਾਡੇ ਸਵਾਲ ਪੁੱਛੇ ਜਾਣਗੇ ਕਿਉਂਕਿ ਅਬੀਤੇ ਦਿਨੀ ਵੀ ਪਥਰਾਵ ਵੀ ਹੋਇਆ ਕਈ ਬੀਜੇਪੀ ਕੈਂਡੀਡੇਟਸ ਲਗਾਤਾਰ ਵਿਰੋਧ ਕਰ ਰਹੇ ਨਹੀਂ ਕਿਤੇ ਪਥਰਾ ਨਹੀਂ ਹਾਲੇ ਹੋਇਆ ਇਦਾਂ ਦੀ ਕੋਈ ਇਦਾਂ ਦੀ ਗੱਲ ਨਾ ਕਰੋ ਦੇਖੋ ਸਵਾਲ ਕਰਨ ਵੇਲੇ ਥੋੜਾ ਜਿਆਦਾ ਸਾਰਤਕ ਰਹੋ ਤੁਸੀਂ ਇਸ ਇਸ ਤਰ੍ਹਾਂ ਦੇਖੋ ਕਿਸਾਨਾਂ ਦੀ ਇਮੇਜ ਨੂੰ ਖਰਾਬ ਨਾ ਕਰੋ ਕਿਤੇ ਕਿਤੇ ਪਥਰਾ ਨਹੀਂ ਹੋਇਆ ਨੋਟ ਇਵਨ ਅ ਸਿੰਗਲ ਇਨਸੀਡੈਂਟ ਇਨ ਪੰਜਾਬ ਇਸ ਕਰਕੇ ਤੁਹਾਡਾ ਇਹ ਸਵਾਲ ਇਹ ਕਰਤਾ ਇਹ ਕੱਲ ਇਹ ਕੱਲ ਅਨਾਉਂਸਮੈਂਟ ਦੇ ਵਿੱਚ ਕਿਹਾ ਗਿਆ ਹੈ ਬੀਜੇਪੀ ਦੇ ਕੈਂਡੀਡੇਟ ਵੱਲੋਂ ਕਹਿੰਦਾ ਵੀ ਪਾਤੜਾਂ ਦੇ ਵਿੱਚ ਮੇਰੀ ਗੱਡੀ ਦੇ ਉੱਤੇ ਪਥਰਾਵ ਕੀਤਾ ਗਿਆ ਉਹ ਕੁਝ ਵੀ ਕਹਿਣਗੇ ਪਰ ਨਹੀਂ ਹੋਇਆ ਜੀ ਨਹੀਂ ਹੋਇਆ ਮੈਂ ਨਹੀਂ ਮੰਨਦਾ ਇਹਗਾ ਸਵਾਲ ਪੁੱਛਣਾ ਤੁਹਾਨੂੰ ਫਰਜ਼ ਹੈ ਤੁਸੀਂ ਕਲੈਰੀਫਾਈ ਕਰਾਓ ਤੁਹਾਡਾ ਧੰਨਵਾਦ ਤੁਹਾਡਾ ਧੰਨਵਾਦ ਠੀਕ ਪਰ ਮੇਰਾ ਆਖਰੀ ਸਵਾਲ ਹੈ ਕੱਲ ਇੱਕ ਅਨਾਉਂਸਮੈਂਟ ਸੀਗੀ ਜਗਜੀਤ ਸਿੰਘ ਡੱਲੇਵਾਲ ਦੀ ਵੀ ਉਹਨਾਂ ਨੇ ਕਹਿਣਾ ਉਹਨਾਂ ਦਾ ਕਹਿਣਾ ਸੀ ਕਿ ਸਿਰਫ ਇਹਨਾਂ ਦੇ ਕੱਪੜੇ ਨਾ ਪਾੜਿਓ ਬਾਕੀ ਵਿਰੋਧ ਕਰੋ ਇਹ ਤੁਹਾਡੇ ਸਾਬ ਨਾਲ ਠੀਕ ਹੈ ਵਿਰੋਧ ਕਰਨਾ ਸਾਡਾ ਅਧਿਕਾਰ ਹੈ ਜੀ ਡੈਮੋਕਰੈਟਿਕ ਰਾਈਟ ਹੈ ਪੀਸਫੁਲ ਵਿਰੋਧ ਕਰਨਾ ਇਹ ਕੱਪੜੇ ਪਾੜਨ ਤੋਂ ਉਹਨਾਂ ਦਾ ਮਤਲਬ ਉਹ ਅਸੀਂ ਵੀ ਅਪੀਲ ਕੀਤੀ ਵੀ ਪੀਸਫੁਲ ਰਹਿ ਕੇ ਕਰੋ ਬਿਲਕੁਲ ਠੀਕ ਕਿਹਾ ਉਹਨਾਂ ਨੇ ਪੀਸਫੁਲ ਰਹਿ ਕੇ ਅੰਦੋਲਨ ਕਰਨਾ ਸਾਡੀ ਸਾਡੀ ਹੈਗੀ ਸਾਡਾ ਅਧਿਕਾਰ ਹੈ ਅਸੀਂ ਇਹੀ ਲੋਕਾਂ ਨੂੰ ਕਿਹਾ ਵੀ ਵਾਇਲੈਂਟ ਨਾ ਹੋਏ ਪੀਸਫੁਲੀ ਜੋ ਮਰਜ਼ੀ ਸਵਾਲ ਕਰੋ ਉਹਨਾਂ ਤੇ ਮਤਲਬ ਇਹ ਸਵਾਰ ਪੱਕਾ ਹੋ ਗਿਆ ਵੀ ਬੀਜੇਪੀ ਨਹੀਂ ਆਉਂਦੇ ਨਹੀਂ ਪੰਜਾਬ ਦੇ ਵਿੱਚ ਬੀਜੇਪੀ ਪੰਜਾਬ ਵਿੱਚ ਕਿਉਂ ਭਾਰਤ ਵਿੱਚ ਨਹੀਂ ਆਉਣ ਦੇਣੀ ਅਸੀਂ ਸਾਰੇ ਦੇਸ਼ ਵਿੱਚ ਅਸੀਂ ਵਿਰੋਧ ਕਰ ਰਹੇ ਹਾਂ ਤਾਂ तमाम ਮੁੱਦਿਆਂ ਦੇ ਉੱਪਰ ਗੱਲਬਾਤ ਹੋਈ ਹੈ ਐਸਕੇਐਮ ਵੱਲੋਂ ਬਲਵੀਰ ਸਿੰਘ ਰਾਜੇਵਾਲ ਹੁਰੀ ਨੇ ਔਰ ਗੱਲਬਾਤ ਜਿਹੜੀ ਹੈ ਖਾਸ ਤੌਰ ਦੇ ਉੱਪਰ ਇਲੈਕਸ਼ਨਾਂ ਨੇ ਇਲੈਕਸ਼ਨਾਂ ਦੇ ਵਿੱਚ ਵਿਰੋਧ ਕਰਨਾ ਜਿਹੜਾ ਹੈਗਾ ਉਹਨਾਂ ਨੇ ਕਿਹਾ ਕਿ ਲੋਕਤੰਤਰੀ ਹੱਕ ਹੈ ਸਾਡਾ ਔਰ ਅਸੀਂ ਵਿਰੋਧ ਜਿਹੜਾ ਉਹ ਲਗਾਤਾਰ ਕਰਦੇ ਰਵਾਂਗੇ ਕੈਮਰਾ ਪਰਸਿਸ ਉਮੀਦ ਦੇ ਨਾਲ ਮੌਜੂਦ ਕੰਗ ਦੈਨਿਕ ਸਵੇਰਾ ਟੀਵੀ ਚੰਡੀਗੜ੍ਹ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram x or whatsapp channel par